ਸਭ ਤੋਂ ਪਹਿਲਾਂ ਵੀਡੀਓਜ਼ ਅਲਰਟ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਕਬੱਡੀ ਦੇ ਚਾਹੁਣ ਵਾਲਿਆਂ ਲਈ ਅਸੀਂ ਕਬੱਡੀ ਖਬਰ ਲੈ ਕੇ ਆਏ ਹਾਂ, ਕਿਉਂਕਿ ਪੰਜਾਬ ਦੇ ਵਿੱਚ ਵੱਡੇ ਖਿਡਾਰੀਆਂ ਨੇ ਮਿਲ ਕੇ ਇੱਕ ਤੀਜੀ ਫੈਡਰੇਸ਼ਨ ਬਣਾਈ ਹੈ। ਜਿਵੇਂ ਕਿ ਆਪਾਂ ਪਿਛਲੇ ਸਾਲ ਦੇਖਿਆ, ਪੰਜਾਬ ਦੇ ਵਿੱਚ ਨੌਰਥ ਇੰਡੀਆ ਫੈਡਰੇਸ਼ਨ ਅਤੇ ਪੰਜਾਬ ਫੈਡਰੇਸ਼ਨ ਦੇ ਮੈਚ ਕਰਵਾਏ ਜਾਂਦੇ ਸੀ। ਜੇ ਗੱਲ ਕਰੀਏ ਨੌਰਥ ਇੰਡੀਆ ਫੈਡਰੇਸ਼ਨ ਦੀ, ਤਾਂ ਇਹਦੇ ਵਿੱਚ ਸਰਹਾਲਾ ਰਨੂਆ, ਸ਼ਾਹਕੋਟ ਲੋਇਨਸ ਅਤੇ ਰੋਇਲ ਕਿੰਗ USA ਦੀਆਂ ਟੀਮਾਂ ਹੀ ਜ਼ਿਆਦਾਤਰ ਫਾਈਨਲ ਮੈਚ ਖੇਡਦੀਆਂ ਸੀ। ਬਾਕੀ ਦੀਆਂ ਟੀਮਾਂ ਹਲਕੀਆਂ ਹੁੰਦੀਆਂ ਸੀ, ਸੈਮੀ ਕੁਆਟਰ ਵਿੱਚ ਹੀ ਹਾਰ ਜਾਂਦੀਆਂ ਦੀਆਂ। ਤਾਂ ਜਿਸ ਕਰਕੇ ਸਰਹਾਲਾ ਰਨੂਆ ਜਾਂ ਸ਼ਾਹਕੋਟ ਲੋਇਨਸ ਜਾਂ ਰੋਇਲ ਕਿੰਗ USA ਦੇ ਵਿੱਚ ਹੀ ਫਾਈਨਲ ਮੈਚ ਦੇਖਿਆ ਜਾਂਦਾ ਸੀ। ਤਾਂ ਜੇ ਦੂਜੇ ਪਾਸੇ ਗੱਲ ਕਰੀਏ ਪੰਜਾਬ ਫੈਡਰੇਸ਼ਨ ਦੇ ਮੈਚਾਂ ਦੀ, ਤਾਂ ਉਹਨਾਂ ਵਿੱਚ NRI ਨਕੋਦਰ ਜਾਂ ਬਾਬਾ ਸੁਖਚੈਨਿਆਣਾ ਕਬੱਡੀ ਕਲੱਬ ਫਗਵਾੜਾ ਅਤੇ ਜਾਂ ਭਗਵਾਨਪੁਰਾ ਦੀਆਂ ਟੀਮਾਂ ਹੀ ਜ਼ਿਆਦਾ ਫਾਈਨਲ ਖੇਡਦੀਆਂ ਦੀਆਂ। ਤਾਂ ਜਿੰਨੇ ਵੀ ਟੂਰਨਾਮੈਂਟ ਹੋਏ ਨੇ, ਦਰਸ਼ਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਕਿ ਇਹ ਟੀਮ ਹੀ ਫਾਈਨਲ ਖੇਡੂਗੀ। ਤਾਂ ਦਰਸ਼ਕਾਂ ਦੀ ਡਿਮਾਂਡ ਵੀ ਸੀ ਕਿ ਜਿਹੜੀਆਂ ਤਕੜੀਆਂ ਅਕੈਡਮੀਆਂ ਨੇ ਉਹਨਾਂ ਨੂੰ ਇੱਕ ਫੈਡਰੇਸ਼ਨ ਵਿੱਚ ਇਕੱਠੇ ਕਰਕੇ, ਤਾਂ ਜੋ ਵਧੀਆ ਮੈਚ ਲੱਗਣ, ਸਾਰਿਆਂ ਦੇ ਬਰਾਬਰ ਮੈਚ ਲੱਗਣ, ਸਾਰੀਆਂ ਟੀਮਾਂ ਬੈਲੈਂਸ ਬਣਨ। ਤਾਂ ਇਹ ਚੀਜ਼ ਨੂੰ ਦੇਖਦੇ ਹੋਏ ਖਿਡਾਰੀਆਂ ਨੇ ਇੱਕ ਫੈਸਲਾ ਲਿਆ। ਤਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਹ ਤੀਜੀ ਫੈਡਰੇਸ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਵੱਡੀਆਂ ਅਕੈਡਮੀਆਂ ਜੁੜੀਆਂ ਨੇ। ਅਤੇ ਤੁਹਾਨੂੰ ਬੇਨਤੀ ਹੈ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜਲਦੀ ਜਲਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਇਹ ਖਬਰ ਕਬੱਡੀ ਨੂੰ ਚਾਹੁਣ ਵਾਲਿਆਂ ਤੱਕ ਪਹੁੰਚ ਜਾਵੇ। ਅਤੇ ਇੱਕ ਛੋਟੀ ਜਿਹੀ ਰਿਕੁਐਸਟ ਵੀ ਹੈ, ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਨਵੀਆਂ ਨਵੀਆਂ ਅਪਡੇਟਸ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਤਾਂ ਆ ਜਾਓ, ਤੁਹਾਨੂੰ ਦੱਸਦੇ ਹਾਂ ਕਿ ਜੋ ਤੁਸੀਂ ਚਾਹੁੰਦੇ ਸੀ ਉਹ ਹੋਇਆ, ਤੀਜੀ ਫੈਡਰੇਸ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਵੱਡੀਆਂ ਅਕੈਡਮੀਆਂ ਇਸ ਸਾਲ ਖੇਡਣਗੀਆਂ। ਤਾਂ ਦੋਸਤੋ, ਇਸ ਫੈਡਰੇਸ਼ਨ ਦੇ ਵਿੱਚ NRI ਕਬੱਡੀ ਕਲੱਬ ਨਕੋਦਰ ਦੀ ਟੀਮ, ਬਾਬਾ ਸੁਖਚੈਨ ਦਾ ਸਪੋਰਟਸ ਕਲੱਬ ਸ਼ਾਹਕੋਟ ਦੀ ਟੀਮ, ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ, ਰਾਮਦਾਸ ਕਬੱਡੀ ਕਲੱਬ, ਰੋਇਲ ਕਿੰਗ USA, ਦੁਆਬਾ ਵਾਰੀਅਰ ਸੁਰਖਪੁਰ, ਨਿਊਜ਼ੀਲੈਂਡ ਕਬੱਡੀ ਕਲੱਬ, ਬਾਬਾ ਸੁਖਚੈਨਿਆਣਾ ਕਬੱਡੀ ਕਲੱਬ ਫਗਵਾੜਾ, ਆਜ਼ਾਦ ਕਬੱਡੀ ਕਲੱਬ ਘੱਲ ਕਲਾਂ, ਬਾਬਾ ਰਾਮ ਜੋਗੀ ਪੀਰ ਕਬੱਡੀ ਕਲੱਬ ਮਾਲੂਪੁਰ ਰੌਣੀ, ਰੁੜਕਾ ਕਲਾਂ ਅਤੇ ਅਨੰਦਪੁਰ ਸਾਹਿਬ ਦੀਆਂ ਟੀਮਾਂ ਖੇਡਣਗੀਆਂ। ਅਤੇ ਦੋਸਤੋ, ਇਹ ਖਿਡਾਰੀਆਂ ਦੁਆਰਾ ਲਿਆ ਗਿਆ ਬਹੁਤ ਹੀ ਵਧੀਆ ਫੈਸਲਾ, ਜਿਸ ਨਾਲ ਕਬੱਡੀ ਨੂੰ ਉੱਪਰ ਚੱਕਣ ਲਈ ਇਹ ਫੈਸਲਾ ਲਿਆ ਗਿਆ। ਅਤੇ ਤੁਸੀਂ ਵੀ ਦੱਸੋ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ। ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਹੋਰ ਕਿਹੜੀਆਂ ਕਿਹੜੀਆਂ ਟੀਮਾਂ ਇਸ ਫੈਡਰੇਸ਼ਨ ਦੇ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਨੇ, ਤਾਂ ਜੋ ਮੈਚਾਂ ਦੇ ਵਿੱਚ ਪੂਰਾ ਖੰਡਾ ਖੜਕ ਸਕੇ। ਅਤੇ ਬਾਕੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਕਬੱਡੀ ਨੂੰ ਚਾਹੁਣ ਵਾਲਿਆਂ ਲਈ, ਪਿਆਰ ਕਰਨ ਵਾਲਿਆਂ ਤੱਕ ਪਹੁੰਚ ਜਾਵੇ। ਅਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਹਾਡੀ ਕਿਹੜੀ ਟੀਮ ਫੇਵਰੇਟ ਹੈ ਅਤੇ ਹੋਰ ਕਿਹੜੀ ਟੀਮ ਇਸ ਫੈਡਰੇਸ਼ਨ ਦੇ ਵਿੱਚ ਆਉਣੀ ਚਾਹੀਦੀ ਹੈ। ਅਤੇ ਜੇ ਇਹ ਫੈਡਰੇਸ਼ਨ ਦੇ ਮੈਚ ਇਸ ਸਾਲ ਹੁੰਦੇ ਨੇ ਤਾਂ ਮੈਚ ਕਿੰਨੇ ਕੁ ਖੜਕਣਗੇ, ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ, ਤਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਧੰਨਵਾਦ।